ਪਰਚੀ ਕੱਟੀ ਜਾਂਦੀ ਨਗਰ ਨਿਗਮ ਦੀ? ਸਾਡਾ ਆਪਣੇ ਸਾਡਾ ਘਰ ਦਾ ਸਾਰਾ ਪਰਿਵਾਰ ਮਿੰਟਰ ਕਾਰਪੋਰੇਸ਼ਨ 'ਚ ਕੰਮ ਕਰਦਾ, ਦੱਸੋ ਕਿੰਨਾ ਗੱਲ ਕਰਨੀ ਹੈ? ਪਰਚੀ ਕੱਟਦੇ ਤਾਂ ਨਹੀਂ ਭਾਜੀ, ਕੋਈ ਆਊਗਾ ਫੇਰ ਹੀ ਆ 4 ਵਜੇ ਤੋਂ ਬਾਅਦ ਕੌਣ ਪਰਚੀ ਕੱਟਦਾ ਮੈਨੂੰ? ਨਗਰ ਨਿਗਮ ਵਾਲਿਆਂ ਨੇ ਆ ਕੇ ਕੀ ਚੁੱਕਿਆ ਤੁਹਾਡਾ? ਭਾਜੀ ਸਿਲੰਡਰ ਲੈ ਕੇ ਚੱਕ ਕੇ ਉੱਥੋਂ ਗੱਲਾਂ ਚੱਕ ਕੇ ਲੈ ਕੇ ਦੱਸੋ। ਜਿਹੜੇ ਵਿੱਚ ਜਿਹੜੀ ਇਨਕਰੋਚਮੈਂਟ ਹੁੰਦੀ ਆ, ਜਿਹੜੇ ਕੋਈ ਨਜਾਇਜ਼ ਰੇੜੀ ਫੜੀ ਵਾਲੇ ਪੈਂਦੇ ਆ, ਉਹਨਾਂ ਨੂੰ ਉੱਥੋਂ ਹਟਾਇਆ ਜਾਂਦਾ ਵਾ। ਇੱਕ ਵਾਰੀ ਵਾਰਨਿੰਗ ਦਿੱਤੀ ਜਾਂਦੀ, ਜਦੋਂ ਨਹੀਂ ਵਾਰਨਿੰਗ ਦਿੱਤੇ ਹਟਦੇ, ਉਸ ਤੋਂ ਬਾਅਦ ਉਹਨਾਂ ਦਾ ਸਮਾਨ ਚੱਕਿਆ ਜਾਂਦਾ। ਕਿਤੇ ਨਾ ਕਿਤੇ 10 ਮਿੰਟ ਦੀ ਬਾਰਿਸ਼ ਹੋ ਗਈ ਸ਼ਹਿਰ 'ਚ, ਸਾਰਾ ਸ਼ਹਿਰ ਪਾਣੀ ਮੇਰਾ ਨਾਮ ਯਾਦਵ ਆ, ਸਮਰਾ ਨਾਮ ਤੋਂ ਮੇਰੀ ਚਿਕਨ ਦੀ ਰੇੜੀ ਆ, ਠੀਕ ਹੈ ਜੀ। ਆਏ ਆ ਜੱਕਦਮ, ਪੁੱਛਿਆ ਨੀ, ਦੱਸਿਆ ਨੀ, ਗੱਲ ਆਈ ਕੋਈ ਸਰਕਾਰ ਕੋਈ ਕੰਮ ਆ, ਗਰੀਬ ਨਾਲ ਧੱਕਾ ਹੀ ਆ, ਫਿਰ ਰੋਟੀ ਨਹੀਂ ਮਿਲਦਾ ਕੋਈ? ਭਾਜੀ ਤੁਹਾਡੀ ਪਰਚੀ ਕੱਟੀ ਜਾਂਦੀ ਨਗਰ ਨਿਗਮ ਦੀ? ਹੁਣ ਸਾਡਾ ਆਪਣਾ ਸਾਡਾ ਘਰ ਦਾ ਸਾਰਾ ਪਰਿਵਾਰ ਮਿੰਟਰ ਕਾਰਪੋਰੇਸ਼ਨ 'ਚ ਕੰਮ ਕਰਦਾ, ਦੱਸੋ ਕਿੰਨਾ ਗੱਲ ਕਰਨੀ? ਪਰਚੀ ਕੱਟਦੇ ਤਾਂ ਨਹੀਂ ਭਾਜੀ, ਕੋਈ ਆਊਗਾ ਫੇਰ ਹੀ ਆ 4 ਵਜੇ ਤੋਂ ਬਾਅਦ ਕੌਣ ਪਰਚੀ ਕੱਟਦਾ ਪਹਿਲਾਂ ਮੈਨੂੰ ਦੱਸੋ, ਦੱਸੋ ਦਿਓ ਜਵਾਬ ਕੋਈ ਦੇਵੇ। ਨਹੀਂ, ਨਗਰ ਨਿਗਮ ਵਾਲਿਆਂ ਨੇ ਆ ਕੇ ਕੀ ਚੁੱਕਿਆ ਤੁਹਾਡਾ? ਭਾਜੀ ਸਿਲੰਡਰ ਲੈ ਕੇ ਚੱਕ ਕੇ ਉੱਥੋਂ ਗੱਲਾਂ ਚੱਕ ਕੇ ਲੈ ਕੇ ਦੱਸੋ। ਪਰਚੀ ਅੱਜ ਤੱਕ ਉਹਨਾਂ ਨੇ ਕਿਹਾ ਤੁਹਾਡੇ ਕੋਲ? ਕੋਈ ਵੀ ਨਹੀਂ ਆਉਂਦਾ 4 ਵਜੇ ਤੋਂ ਬਾਅਦ, ਕੌਣ ਆਉਂਦਾ ਕੱਟਣ ਪਹਿਲਾਂ ਦੱਸੋ। ਭਾਜੀ ਕੋਈ ਨਹੀਂ, ਪਿਛਲੇ 5 ਸਾਲ ਤੋਂ ਰੇੜੀ ਲੱਗ ਰਹੀ ਆ, ਪਰਚੀ ਵਾਲਾ ਕੋਈ ਨਹੀਂ ਆਇਆ, ਕੋਈ ਵੀ ਨਹੀਂ ਆਇਆ ਹਲੇ ਤੱਕ। 4 ਵਜੇ ਤੋਂ ਬਾਅਦ ਕੌਣ ਆਉਂਦਾ ਪਰਚੀ ਵਾਲਾ, ਦੱਸੋ ਕਾਰਪੋਰੇਸ਼ਨ ਤੋਂ ਬਾਅਦ। ਨਹੀਂ ਨਹੀਂ, ਪਰਚੀ ਦਾ ਚਲੋ, ਪਰਚੀ ਦਾ ਤਾਂ ਕੋਈ ਟਾਈਮ ਵੀ ਹੁੰਦਾ, ਵੈਸੇ ਅੱਗੇ ਕਦੀ ਇਹਨਾਂ ਨੇ ਸਮਾਨ ਅੱਗੇ ਵੀ ਚੁੱਕਿਆ ਤੁਹਾਡਾ? ਕੋਈ ਸਰ ਨਹੀਂ ਚੱਕਿਆ, ਅਸੀਂ ਆਏ ਜਦ ਤੱਕ ਚੱਕ ਕੇ ਲੈ ਗਏ। 4 ਵਜੇ ਸਾਡੀ ਮਾਨਯੋਗ ਕਮਿਸ਼ਨਰ ਜੀ ਦੇ ਹੁਕਮਾਂ ਦੇ ਨਾਲ ਸਾਡੀ ਰੋਟੀ ਦੀ ਕਾਰਵਾਈ ਹੈ ਜੀ। ਜਿਹੜੇ ਵਿੱਚ ਜਿਹੜੀ ਇਨਕਰੋਚਮੈਂਟ ਹੁੰਦੀ ਆ, ਜਿਹੜੇ ਕੋਈ ਨਜਾਇਜ਼ ਰੇੜੀ ਫੜੀ ਵਾਲੇ ਪੈਂਦੇ ਆ, ਉਹਨਾਂ ਨੂੰ ਉੱਥੋਂ ਹਟਾਇਆ ਜਾਂਦਾ ਵਾ। ਇੱਕ ਵਾਰੀ ਵਾਰਨਿੰਗ ਦਿੱਤੀ ਜਾਂਦੀ, ਜਦੋਂ ਨਹੀਂ ਵਾਰਨਿੰਗ ਦਿੱਤੇ ਹਟਦੇ, ਉਸ ਤੋਂ ਬਾਅਦ ਉਹਨਾਂ ਦਾ ਸਮਾਨ ਚੱਕਿਆ ਜਾਂਦਾ। ਇਹ ਕਾਰਵਾਈ ਕਿੱਥੋਂ ਲੈ ਕਿੱਦਾਂ ਕੀਤੀ ਗਈ? ਅਸੀਂ ਇਹ ਜਿਹੜੀ ਕਾਰਵਾਈ ਹੈ ਜੀ, ਇਹ ਆਪਣੇ ਰਵਿਦਾਸ ਡਾਕਟਰ ਬੀ ਆਰ ਅੰਬੇਦਕਰ ਚੌਂਕ ਤੋਂ ਲੈ ਕੇ ਬੁਢਾਲਾ ਚੌਂਕ ਕਲੋਕ ਟਾਵਰ, ਆਪਣੇ ਸ਼੍ਰੀ ਗੁਰੂ ਰਵਿਦਾਸ ਚੌਂਕ ਤੋਂ ਲੈ ਕੇ ਆਪਣੇ ਮਾਤਾ ਰਾਣੀ ਚੌਂਕ ਮਾਡਲ ਹਾਊਸ ਅਤੇ ਹੋਰ ਕਾਲਾ ਸਿੰਘ ਰੋਡ 'ਤੇ ਕੀਤੀ ਗਈ ਹੈ। ਕੁਛ ਨਹੀਂ, ਇੱਕ ਨਾ ਨਕੋਦਰ ਰੋਡ 'ਤੇ ਇੱਕ ਸ਼ਮਾ ਬਰਿਆਨੀ ਹੈਗਾ, ਹਾਂਜੀ, ਬਾਟਾ ਦੇ ਨਾਲ ਵਾਪਸੀ 'ਤੇ ਜਾ ਰਹੇ ਹਾਂ, ਅਤੇ ਇੱਕ ਅੱਗੇ ਨਾਲ ਡੋਸੇ ਵਾਲਾ ਅਤੇ ਸ਼ਰਮਾ ਢਾਬਾ, ਜਿਨ੍ਹਾਂ ਨੇ ਰੋਡ ਦੇ ਉੱਤੇ ਪੂਰਾ ਅਸੀਂ ਹੁਣ ਜਿੱਦਾਂ ਵਾਪਸੀ 'ਤੇ ਉਹਨਾਂ ਦੇ ਕਾਰਵਾਈ ਕਰਨੀ ਹੈ ਜੀ। ਠੀਕ ਹੈ।